ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਚੱਲੀ ਗੁਰੂ ਸ਼ਬਦ ਯਾਤਰਾ ਲੁਧਿਆਣਾ ਵਿਖੇ ਪਹੁੰਚੀ, ਜੋ ਸ਼ਹਿਰ ਦੇ ਅਲੱਗ ਅਲੱਗ ਹਿੱਸਿਆਂ ਤੋਂ ਹੋ ਕੇ ਨਿਕਲੇਗੀ ਅਤੇ 3 ਦਿਨਾਂ ਤੱਕ ਲੁਧਿਆਣਾ ਵਿੱਚ ਹੀ ਰੁਕੇਗੀ। ਲੁਧਿਆਣਾ ਦੇ ਕੁਮਾਰ ਮੰਡੀ ਇਲਾਕੇ 'ਚੋਂ ਯਾਤਰਾ ਦਾ ਸੰਗਤਾਂ ਵੱਲੋਂ ਬੜੇ ਹੀ ਸ਼ਰਧਾ ਅਤੇ ਉਤਸਾਹ ਨਾਲ ਸਵਾਗਤ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਚਾਰ ਕਮੇਟੀ ਦੇ ਪ੍ਰਮੁੱਖ ਪ੍ਰਿਤਪਾਲ ਸਿੰਘ ਪਾਲੀ ਨੇ ਦੱਸਿਆ ਕਿ ਇਹ ਯਾਤਰਾ 3 ਦਿਨਾਂ ਤੱਕ ਲੁਧਿਆਣਾ ਵਿੱਚ ਹੀ ਰੁਕੇਗੀ। ਪੂਰੇ ਪੰਜਾਬ ਤੋਂ ਹੋ ਕੇ ਇਹ ਯਾਤਰਾ ਵਾਪਸ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸਮਾਪਤ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ 550 ਸਾਲਾਂ ਨੂੰ ਸਮਰਪਿਤ, ਪ੍ਰਕਾਸ਼ ਪੁਰਬ ਨੂੰ ਸਮਰਪਿਤ, ਜੋ ਗੁਰਦੁਆਰਾ ਬੇਰ ਸਾਹਿਬ ਤੋਂ ਆਰੰਭ ਹੋ ਕੇ ਪੰਜਾਬ ਦੇ ਵੱਖ ਵੱਖ ਇਲਾਕਿਆਂ 'ਚ ਹੁੰਦੀ ਹੋਈ ਅੱਜ ਲੁਧਿਆਣਾ ਸ਼ਹਿਰ ਵਿਖੇ ਜੋ ਗੁਰਸ਼ਬਦ ਦੀ ਯਾਤਰਾ ਪੁੱਜੀ, ਜਿੱਥੇ ਅੱਜ ਕੁਮਾਰ ਮੰਡੀ ਦੇ ਸਮੁੱਚੇ ਦੁਕਾਨਦਾਰ ਵੀਰਾਂ ਨੇ ਅਤੇ ਗੁਰਦੁਆਰਾ ਮਾਈ ਅਨੰਦਪੁਰ ਦੇ ਪ੍ਰਧਾਨ ਸਾਹਿਬ ਅਤੇ ਉਹਨਾਂ ਦੀ ਸਮੁੱਚੀ ਟੀਮ ਨੇ ਇੱਥੇ ਗੁਰੂ ਸਾਹਿਬ ਨੂੰ ਜੀ ਆਇਆਂ ਕਰਨ ਲਈ ਉਪਰਾਲਾ ਕੀਤਾ। ਸਾਰੀਆਂ ਹੀ ਸੰਗਤਾਂ ਦੇ ਸਹਿਯੋਗ ਦੇ ਨਾਲ ਜਿੱਥੇ ਸਿੰਘ ਸਭਾਵਾਂ ਦੇ ਇਸਤਰੀ ਸਰ ਸਿੰਘ ਸਭਾਵਾਂ ਸਬਜ਼ੀ ਜਥੇ ਅਤੇ ਸਾਰੀਆਂ ਹੀ ਸਤਿਕਾਰਯੋਗ ਸ਼ਖਸੀਅਤਾਂ ਦੇ ਸਹਿਯੋਗ ਦੇ ਨਾਲ ਇਹ ਗੁਰਸ਼ਬਦ ਦੀ ਯਾਤਰਾ ਨਿਕਲੀ, ਜਿਹਦੇ ਵਿੱਚ ਬਹੁਤ ਵੱਡਾ ਸਵਾਗਤ ਕੀਤਾ ਗਿਆ। ਮੈਂ ਲੁਧਿਆਣਾ ਸ਼ਹਿਰ ਦੀ ਸਮੁੱਚੀ ਸੰਗਤ ਦਾ ਵੀ ਧੰਨਵਾਦ ਕਰਦਾ ਔਰ ਆਪਣੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਉਪਰਾਲਾ ਕਰਕੇ ਗੁਰੂ ਸਾਹਿਬ ਨੇ ਸਾਡੇ ਕੋਲ ਸੇਵਾ ਲਈ। ਮੈਂ ਅੱਜ ਦੇ ਦਿਨ 'ਤੇ ਜਿੱਥੇ ਲੁਧਿਆਣਾ ਸੰਗਤਾਂ ਨੂੰ ਧੰਨਵਾਦ ਕਰਦਾ, ਇਹ ਗੁਰਸ਼ਬਦ ਯਾਤਰਾ 3 ਦਿਨ ਲੁਧਿਆਣਾ ਸ਼ਹਿਰ ਵਿੱਚ ਰਹੇਗੀ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਇਹ ਗੁਰਸ਼ਬਦ ਯਾਤਰਾ ਦੇ ਵਿੱਚ ਸ਼ਮੂਲੀਅਤ ਕਰਕੇ ਗੁਰੂ ਸਾਹਿਬ ਦਾ ਦੇ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰੋ। ਪਹਿਲਾ ਪੜਾਅ ਗੁਰਦੁਆਰਾ ਦੂਖਨਾ ਸਾਹਿਬ ਰਾਤ ਨੂੰ ਹੋਏਗਾ, ਦੂਜਾ ਪੜਾਅ ਮਾਡਲ ਟਾਊਨ ਐਕਸਟੈਂਸ਼ਨ ਵਿਖੇ ਹੋਏਗਾ, ਤੀਜਾ ਪੜਾਅ ਗੁਰਦੁਆਰਾ ਆਲਮਗੀਰ ਸਾਹਿਬ ਇਤਿਹਾਸਿਕ ਸਥਾਨ 'ਤੇ ਹੋਏਗਾ। ਹੋਰ ਵੀ ਜ਼ਿਲ੍ਹਿਆਂ ਦੇ ਵਿੱਚ ਵੱਖ ਵੱਖ ਰੂਟ ਨਾਲ ਲਹਿ ਬਣੇ ਹੋਏ ਨੇ, ਵੱਖ ਵੱਖ ਰੂਟਾਂ ਤੋਂ ਹੁੰਦੀ ਹੈ ਫਿਰ ਬੇਰ ਸਾਹਿਬ ਸੁਲਤਾਨਪੁਰ ਉਦੀ ਵਿਖੇ ਸਮਾਪਤ ਹੋਏਗੀ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਬਿਊਰੋ ਰਿਪੋਰਟ, ਲੁਧਿਆਣਾ ਵਿਊ।